is South Asian Media Group, Y Media. ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਨਾਊਂਸ ਕੀਤਾ ਹੈਗਾ ਕਿ ਟੈਂਪਰੇਰੀ ਫੋਰਨ ਵਰਕਰ ਜਿਹੜਾ ਪ੍ਰੋਗਰਾਮ ਹੈਗਾ ਉਹਦੇ ਵਿੱਚ ਬਹੁਤ ਬੜੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਕੋਵਿਡ ਦੇ ਦਰਮਿਆਨ ਲੇਬਰ ਸ਼ਾਰਟੇਜ ਹੋਈ ਸੀ ਜਿਹਦੇ ਕਾਰਨ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਰਿਆਇਤਾਂ ਨੇ ਉਹ ਦਿੱਤੀਆਂ ਗਈਆਂ ਸੀ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਦੁਬਾਰਾ ਤੋਂ ਕੋਵਿਡ ਤੋਂ ਪਹਿਲਾਂ ਜਿਹੜੀਆਂ ਸਾਡੇ ਰੂਲ ਸੀਗੇ ਟੈਂਪਰੇਰੀ ਫੋਰਨ ਵਰਕਰ ਦੇ ਉਹਨਾਂ ਵੱਲ ਹੀ ਅਸੀਂ ਵਾਪਸ ਜਾ ਰਹੇ ਹਾਂ। ਸਭ ਤੋਂ ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਜਿਹੜੇ ਵੀ ਏਰੀਆਜ਼ ਦੇ ਵਿੱਚ ਅਨਇੰਪਲੋਇਮੈਂਟ 6% ਜਾਂ ਉਸ ਤੋਂ ਜ਼ਿਆਦਾ ਹੋਏਗੀ, ਬੇਰੋਜ਼ਗਾਰੀ ਦੀ ਜਿਹੜੀ ਦਰ ਹੈ 6% ਜਾਂ ਉਸ ਤੋਂ ਜ਼ਿਆਦਾ ਹੋਏਗੀ, ਉੱਥੇ ਜਿਹੜੇ ਇੰਪਲੋਇਰਸ ਨੇ ਉਹ ਹੁਣ ਲੋ ਵੇਜ ਟੈਂਪਰੇਰੀ ਫੋਰਨ ਵਰਕਰਸ ਜਿਹੜੇ ਉਹ ਹਾਇਰ ਨਹੀਂ ਕਰ ਸਕਣਗੇ। ਕੁਝ ਐਕਸੈਪਸ਼ਨ ਜ਼ਰੂਰ ਹੋਣਗੀਆਂ, ਜਿਹੜਾ ਯਾਨੀ ਕਿ ਫੂਡ ਸਿਕਿਉਰਿਟੀ ਸੈਕਟਰ ਦੇ ਵਿੱਚ ਜਿੱਦਾਂ ਐਗਰੀਕਲਚਰ, ਫੂਡ, ਫਿਸ਼ਿੰਗ ਜਾਂ ਕੰਸਟਰਕਸ਼ਨ ਜਾਂ ਹੈਲਥ ਕੇਅਰ ਜਿੱਥੇ ਕਿ ਸਟਾਫ ਸ਼ਾਰਟੇਜ ਬਹੁਤ ਜ਼ਿਆਦਾ ਹੈ, ਪਰ ਇਹਨਾਂ ਨੂੰ ਛੱਡ ਕੇ ਬਾਕੀ ਕਿਸੇ ਵੀ ਏਰੀਆ ਦੇ ਵਿੱਚ ਜੇ ਤੁਹਾਡੇ ਜਿੱਥੇ ਤੁਸੀਂ ਹੈਗੇ ਹੋ ਉੱਥੇ ਅਨਇੰਪਲੋਇਮੈਂਟ 6% ਉਸ ਤੋਂ ਜ਼ਿਆਦਾ ਹੈ ਤਾਂ ਤੁਸੀਂ ਟੈਂਪਰੇਰੀ ਫੋਰਨ ਵਰਕਰ ਜਿਹੜਾ ਉਹ ਨਹੀਂ ਲਿਆ ਸਕੋਗੇ। ਇਸ ਤੋਂ ਇਲਾਵਾ ਤੁਹਾਡੀ ਜਿਹੜੀ ਟੋਟਲ ਵਰਕਫੋਰਸ ਹੈਗੀ ਹੈ ਉਹਦੇ ਵਿੱਚ ਜਿਹੜਾ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਹੈ ਜਿਹਨੂੰ TFW ਪ੍ਰੋਗਰਾਮ ਵੀ ਕਿਹਾ ਜਾਂਦਾ ਹੈ ਉਹ 10% ਤੋਂ ਜ਼ਿਆਦਾ ਤੁਹਾਡੀ ਵਰਕਫੋਰਸ ਜਿਹੜੀ ਹੈ TFW ਦੇ ਜ਼ਰੀਏ ਨਹੀਂ ਹੋਣੀ ਚਾਹੀਦੀ। ਅਸੀਂ ਇੱਥੇ ਦੱਸ ਦਈਏ ਕਿ ਅੱਜ ਜਿਹੜੀ ਓਵਰਆਲ ਇਮੀਗ੍ਰੇਸ਼ਨ ਦੇ ਵੀ ਸਵਾਲ ਹੈ ਕਿ ਓਵਰਆਲ ਇਮੀਗ੍ਰੇਸ਼ਨ ਦੇ ਨੰਬਰ ਜਿਹੜੇ ਕਿ ਉਹਨਾਂ ਨੂੰ ਵੀ ਘਟਾਉਣ ਦੀ ਜ਼ਰੂਰਤ ਹੈ। ਇਸ ਸਾਲ 2024 ਦੀ ਅਸੀਂ ਗੱਲ ਕਰੀਏ 2024 ਤੇ ਟੋਟਲ ਜਿਹੜੇ ਪਰਮਾਨੈਂਟ ਰੈਜੀਡੈਂਟ ਲੈ ਕੇ ਆਉਣ ਦੀ ਗੱਲ ਸਰਕਾਰ ਕਰ ਰਹੀ ਹੈ, PR ਜਿਨ੍ਹਾਂ ਨੂੰ ਮਿਲ ਸਕਦਾ ਉਹਦੇ ਵਿੱਚ 4,85,000 ਦੇ ਆਸ ਪਾਸ ਦਾ ਨੰਬਰ ਆ ਰਿਹਾ ਹੈ ਔਰ ਅਗਲੇ ਸਾਲ 2025 ਦੇ ਵਿੱਚ 5,00,000 ਦੀ ਗੱਲ ਕੀਤੀ ਜਾ ਰਹੀ ਹੈ ਔਰ 2026 ਦੇ ਵਿੱਚ ਵੀ 5,00,000 ਇਮੀਗ੍ਰੈਂਟਸ ਕੈਨੇਡਾ ਲੈ ਕੇ ਆਏਗਾ। ਲੇਕਿਨ ਇਸ ਮਾਮਲੇ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਜਦੋਂ ਸਾਡੀ ਬੇਰੋਜ਼ਗਾਰੀ ਦੀ ਦਰ ਇੰਨੀ ਹਾਈ ਹੈ, ਹਾਲ ਹੀ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਦੱਸਿਆ ਸੀਗਾ ਕਿ ਨਿਊ ਕਮਰ ਅਨਇੰਪਲੋਇਮੈਂਟ ਯਾਨੀ ਕਿ ਜਿਹੜੇ ਨਵੇਂ ਲੋਕ ਕੈਨੇਡਾ ਦੇ ਆਏ ਹੈ ਨਿਊ ਕਮਰ ਅਨਇੰਪਲੋਇਮੈਂਟ ਲਗਭਗ 11.5% ਹੈ, 11.6% ਟੂ ਬੀ ਪ੍ਰਿਸਾਈਸ, ਜੋ ਕਿ ਓਵਰਆਲ ਅਨਇੰਪਲੋਇਮੈਂਟ ਰੇਟ ਜੋ ਇਸ ਵੇਲੇ 6-7% ਦੇ ਆਸ ਪਾਸ ਉਸ ਤੋਂ ਲਗਭਗ ਦੁੱਗਣੀ ਹੈ। ਸੋ ਕਿਆ ਸਾਨੂੰ ਵਾਕਈ ਇੰਨੇ ਇਮੀਗ੍ਰੈਂਟਸ ਕੈਨੇਡਾ ਦੇ ਵਿੱਚ ਲਿਆਉਣ ਦੀ ਲੋੜ ਹੈ ਜਦਕਿ ਬੇਰੋਜ਼ਗਾਰੀ ਦਰ ਇੰਨੀ ਜ਼ਿਆਦਾ ਹੈਗੀ ਔਰ ਇੱਥੇ ਵੀ ਲੋਕਾਂ ਨੂੰ ਜਦੋਂ ਨੌਕਰੀਆਂ ਨਹੀਂ ਮਿਲ ਰਹੀਆਂ। ਹੁਣ ਇਸ ਮਾਮਲੇ 'ਚ ਤੁਹਾਨੂੰ ਇਹ ਵੀ ਦੱਸ ਦਈਏ ਕਿ ਟੈਂਪਰੇਰੀ ਫੋਰਨ ਵਰਕਰ ਜਿਹੜਾ ਹੈਗਾ ਪ੍ਰੋਗਰਾਮ ਇਹ ਵੀ ਬਹੁਤ ਅਸਰ ਕਰਦਾ ਹੈ ਕਿਉਂਕਿ ਜਦੋਂ ਅਸੀਂ ਬਾਹਰੋਂ ਇੰਨੇ ਜ਼ਿਆਦਾ ਲੋਕ ਲੈ ਕੇ ਆ ਰਹੇ ਹੈਗੇ ਹਾਂ, ਖਾਸ ਕਰ ਜਿਸ ਤਰ੍ਹਾਂ ਅਸੀਂ ਜੇ ਟਿਮ ਹੋਟਲਸ ਦੀ ਗੱਲ ਕਰੀਏ, ਅੱਜ ਟਿਮ ਹੋਟਲਸ ਜਾਂ ਹੋਰ ਕਈ ਜਿਹੜੇ ਫਾਸਟ ਫੂਡ ਜੁਆਇੰਟਸ ਨੇ ਉਹ ਬਾਹਰੋਂ ਟੈਂਪਰੇਰੀ ਵਰਕਰ ਜਿਹੜੇ ਆ ਉਹ ਲੈ ਕੇ ਇੱਥੇ ਕੈਨੇਡਾ ਦੇ ਵਿੱਚ ਆ ਰਹੇ ਨੇ। ਬਟ ਉਹਦੇ ਨਾਲ ਕਿਹਾ ਇਹ ਜਿਹੜੇ ਕੰਮ ਨੇ ਕਿਹਾ ਸਾਡੇ ਇੱਥੇ ਕੈਨੇਡੀਅਨ ਜੋਬਸ ਇਹਨਾਂ ਨੂੰ ਮਿਲ ਸਕਦੀਆਂ ਨੇ, ਬਿਲਕੁਲ ਇਹਨਾਂ ਨੂੰ ਮਿਲ ਸਕਦੀਆਂ ਨੇ ਔਰ ਹਾਲਾਂਕਿ ਸਵਾਲ ਇਹ ਵੀ ਖੜਾ ਕੀਤਾ ਜਾਂਦਾ ਹੈਗਾ ਕਿ ਸ਼ਾਇਦ ਇਹ ਇੱਥੇ ਦੇ ਬੱਚੇ ਨਹੀਂ ਕੰਮ ਕਰਨਾ ਚਾਹੁੰਦੇ, ਬਟ ਜੇ ਵੇਜ ਕਿਸੇ ਵੀ ਸੈਕਟਰ ਦੇ ਵਿੱਚ ਜ਼ਿਆਦਾ ਦਿੱਤੀ ਜਾਏਗੀ ਤਾਂ ਫਿਰ ਇੱਥੇ ਦੇ ਬੱਚੇ ਜਿਹੜੇ ਆ ਜਾਂ ਇੱਥੇ ਵੀ ਨੌਕਰੀਆਂ ਜਿਹੜੀਆਂ ਨੇ ਉਹ ਫਿਲ ਇਨ ਕੀਤੀਆਂ ਜਾ ਸਕਦੀਆਂ ਨੇ। ਸਾਊਥ ਏਸ਼ੀਅਨ ਮੀਡੀਆ ਗਰੁੱਪ, ਵਾਈ ਮੀਡੀਆ।